ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਰਪ ਫਾਰਮਰ ਅਤੇ ਸਵਾਗਤ ਹੈ ਜੀ ਤੁਹਾਡਾ ਹਾਰਪ ਫਾਰਮਰ ਵੀਲੋਗਸ ਵਿੱਚ। ਅਤੇ ਅੱਜ ਤਰੀਕ ਹੈਗੀ 10 ਨਵੰਬਰ 2022 ਦਿਨ ਵੀਰਵਾਰ। ਅਤੇ ਅੱਜ ਦਾ ਬਲੌਗ ਹੈਗਾ ਜੀ ਮੈਂ ਇਨ ਸਰਚ ਆਫ ਮੋਟਰ ਪੰਜਾਬ ਦੀ ਲੋਕੇਸ਼ਨ ਦੀ ਲਈ ਜੋ ਪਿੱਛੇ ਦੇਖ ਰਹੇ ਆਪਾਂ। ਤਾਂ ਇਹ ਹੈਗਾ ਜੀ ਬਲੌਗ ਮੈਂ ਸ਼ੁਰੂ ਕਰਨ ਲੱਗਾ, ਉੱਧਰ ਚੱਲਦੇ ਆਪਾਂ, ਦੇਖਣ ਆਇਆ ਸੀਗਾ ਬਲੌਗ ਸ਼ੁਰੂ ਕਰਨ ਲੱਗਾ ਮੈਂ ਇੱਕ, ਉਹਦਾ ਨਾਂ ਹੈਗਾ ਜੀ ਜੱਟ ਦਾ ਕਿਚਨ। ਸੋ ਮੋਟਰ 'ਤੇ ਸ਼ੁਰੂ ਕਰਨਾ ਸੀਗਾ। ਇਹ ਪਿੰਡ ਹੈਗਾ ਜੀ ਦੁਰਾਲੀ, ਮੋਹਾਲੀ ਡਿਸਟ੍ਰਿਕਟ ਵਿੱਚ, ਮੋਹਾਲੀ ਦੇ ਲਾਗੇ, ਮੋਹਾਲੀ 'ਚ ਹੀ ਪੈ ਗਿਆ ਹੁਣ ਬੇਸਿਕਲੀ। 101 ਸੈਕਟਰ, 100 ਸੈਕਟਰ ਜਾਂ 101 ਸੈਕਟਰ ਆ ਮੇਰੇ ਖਿਆਲ ਨਾਲ, ਅਤੇ ਉਹਦੇ ਵਿੱਚ ਪੈਂਦਾ। ਇੱਥੇ ਮੇਰੇ ਦੋਸਤ ਦੀ ਜਾਣਕਾਰ ਦੀ ਇੱਕ ਮੋਟਰ ਸੀਗੀ, ਉਸ ਮੋਟਰ 'ਤੇ ਦੇਖਣ ਆਏ ਹਾਂ ਲੋਕੇਸ਼ਨ ਦੇ ਲਈ ਜੱਟ ਦਾ ਕਿਚਨ ਵੀਲੌਗਸ ਸ਼ੁਰੂ ਕਰਨ ਲੱਗੇ ਹਾਂ। ਇਹ ਉਹਦੇ ਲਈ ਮੋਟਰ ਦੀ ਰੇਕੀ ਆ, ਮੈਂ ਅਕਸਰ ਇੱਥੇ ਫਿਰਦਾ ਰਹਿੰਦਾ। ਮੈਂ ਕਿਹਾ ਚਲੋ ਇੱਥੇ ਸ਼ੁਰੂ ਕਰ ਲੈਣ, ਲਾਗੇ ਆਪਣੇ ਉੱਥੇ ਜਾਣਾ ਦੂਰ ਪਊਗਾ। ਸੋ ਜੱਟ ਦੇ ਕਿਚਨ ਦੇ ਲਈ ਮੋਟਰ ਦੀ ਲੋਕੇਸ਼ਨ, ਸੋਹਣੀ ਜਗ੍ਹਾ ਮਿਲ ਗਈ। ਮੋਟਰ ਉਹ ਮੋਟਰ ਆ ਕੋਠੜਾ, ਅਤੇ ਇਹ ਰੁੱਖਾਂ ਜਾ ਵਾਲਾ ਬਾਗ ਸੀ, ਬਾਹਲੀ ਸੋਹਣੀ ਜਗ੍ਹਾ ਹੈ ਨਾ। ਅਤੇ ਇੱਥੇ ਅਸੀਂ ਸ਼ੁਰੂ ਕਰਨਾ ਹੈ ਜੀ, ਮੈਂ ਦੂਜੇ ਐਂਗਲ ਤੋਂ ਦਿਖਾਉਣਾ ਕੱਟ ਕਰਕੇ। ਆਸੇ ਪਾਸੇ ਰੁੱਖ ਹੀ ਰੁੱਖ ਨੇ, ਅੰਬ, ਜਾਮਣ, ਟਾਹਲੀਆਂ, ਹੈ ਨਾ, ਬਾਗ ਲਾਇਆ ਅਗਲੇ ਨੇ, ਪੁਰਾਣਾ ਬਜ਼ੁਰਗਾਂ ਨੇ। ਸੋ ਇਹ ਹੈ ਜੀ ਲੋਕੇਸ਼ਨ ਸਾਡੇ ਜੱਟ ਦੇ ਕਿਚਨ ਦੇ ਲਈ। ਹੁਣ ਦੂਜਾ ਐਂਗਲ ਸ਼ੁਰੂ ਹੋ ਗਿਆ ਜੀ, ਅਤੇ ਤੁਸੀਂ ਦੇਖ ਸਕਦੇ ਹਾਂ ਸੀ ਇੱਥੇ ਅਸੀਂ ਅਗਲਾ ਵਲੌਗ ਬੇਸਿਕਲੀ ਲੈ ਕੇ ਆਊਂਗਾ ਜੱਟ ਦਾ ਕਿਚਨ, ਜਿਹਦੇ 'ਚ ਅਸੀਂ ਪੰਜਾਬ ਦਾ ਅਥੈਂਟਿਕ ਫੂਡ ਬਣਾਇਆ ਕਰਾਂਗੇ, ਹੈ ਨਾ, ਜੋ ਪੰਜਾਬ ਦਾ, ਜਿਵੇਂ ਪੰਜਾਬ 'ਚ ਪਿੰਡਾਂ 'ਚ ਫੂਡ ਬਣਦਾ, ਸ਼ੈਫ ਯਾਨੀ ਕਿ ਦਾਸ ਹੋਇਆ ਕਰੂਗਾ। ਮੈਂ ਸ਼ੈਫ ਨਹੀਂ, ਵੈਸੇ ਮੈਨੂੰ ਕੁਕਿੰਗ ਵਧੀਆ ਲੱਗਦੀ ਆ, ਫੂਡ ਬਣਾਉਣਾ ਚੰਗਾ ਲੱਗਦਾ, ਹੈ ਨਾ, ਤਾਂ ਕਰਕੇ ਅਸੀਂ ਉਹ ਮੈਂ ਸ਼ੁਰੂ ਕਰਨ ਜਾ ਰਿਹਾ ਹਾਂ। ਸੋ ਉਮੀਦ ਕਰਦਾ ਤੁਹਾਨੂੰ ਵੀ ਪਸੰਦ ਆਊਗਾ ਪੰਜਾਬ ਦੇ ਵਿੱਚ ਕੀ ਫੂਡ ਚੱਲਦਾ ਸੀਗਾ ਉਹ ਆ, ਹੈ ਨਾ। ਤਾਂ ਅਗਲੇ ਹਫ਼ਤੇ ਸ਼ੁਰੂ ਕਰਦੇ ਹਾਂ। ਜਗ੍ਹਾ ਦੇਖਣਾ ਆਇਆ ਸੀ, ਬੇਸਿਕਲੀ ਜਗ੍ਹਾ ਬਹੁਤ ਵਧੀਆ ਲੱਗੀ, ਰਮਣੀਕ ਹੈ ਜਗ੍ਹਾ, ਪੀਸਫੁੱਲ ਆ, ਨਾਲੇ ਪਿੰਡ ਤੋਂ ਦੂਰ ਆ, ਅਤੇ ਸ਼ੁਰੂ ਕਰਦੇ ਹਾਂ। ਬਾਕੀ ਇੱਕ ਕਿਹੜਾ ਮੋਟਰ ਦਾ, ਹੈ ਨਾ, ਇੱਧਰ ਸਾਡੀ ਮੋਟਰ ਆ ਰਹੀ ਹੈ, ਅਤੇ ਇਹ ਹੈਗੀ ਆ ਜੀ ਮੋਟਰ, ਵਿਚਾਰੀ ਕੇਅਰ ਨਹੀਂ ਹੈਗੀ ਮੋਟਰ ਦੀ, ਟੈਟ ਹੋਈ ਆ ਹੋਇਆ ਵਿਚਾਰੀ, ਮੋਟਰ ਦਾ ਬੁਰਾ ਹਾਲ ਆ ਨਾ। ਤਾਂ ਦੇਖ ਦੇਖਿਆ ਕਿੱਦਾਂ ਚੋਰ ਰੱਖਣਾ, ਮੋਟਰ 'ਤੇ ਫੋਟੋ ਸ਼ੂਟ ਚੱਲ ਰਿਹਾ ਸਾਡੇ ਨਾਲ। ਇਹ ਨੇ ਜੀ ਕਾਲਾ ਜੀ, ਦੇਖਿਓ ਇੱਧਰ, ਹੈਲੋ, ਇਹ ਮੇਰਾ ਦੋਸਤ ਜਿਹਦੀ ਮੈਂ ਅਕਸਰ ਵਲੌਗਾਂ 'ਚ ਗੱਲ ਕਰਦਾ, ਮੈਂ ਦੋਸਤ ਫੜਿਆ ਐਡੀਟਰ, ਇਹ ਐਡੀਟਰ ਹੈ ਜੀ, ਇਹ ਇੰਟਰੋਡਕਸ਼ਨ ਹੈ ਐਡੀਟਰ ਦੀ, ਉਹ ਪਿੱਛੇ ਐਵੇਂ ਹੀ ਇੱਕ ਨਲਾਇਕ ਜਿਹਾ, ਉਹਦੇ ਬਾਰੇ ਨਹੀਂ ਦੱਸਣਾ ਕੁਛ ਵੀ ਆਪਾਂ, ਉਹ ਹੋਰ ਵੀ ਗੱਲਾਂ ਕਰਨ ਲੱਗ ਪੈਂਦਾ, ਕਮੈਂਟ ਕਹਿੰਦਾ ਕਰੂੰਗਾ ਮੈਂ ਵਲੌਗ 'ਚ ਜਾ ਕੇ, ਬੋਲਣਾ ਨਹੀਂ ਤੈਨੂੰ ਕਿਹਾ ਸੀਗਾ ਮੇਰੇ ਵਲੌਗ 'ਚ ਬੁਲਾ। ਉਹ ਦੇਖੋ ਜੀ ਪਿੱਛੇ ਰੁੱਖ, ਇਹ ਪਤਾ ਨਹੀਂ ਮੈਨੂੰ ਫੈਸੀਨੇਟ ਬਹੁਤ ਕਰਦੇ ਆ ਰੁੱਖ, ਜਿਹੜੇ ਅੱਜ ਕੱਲ੍ਹ ਸਿਆਲਾਂ ਦੇ ਵਿੱਚ ਛਤਰੀਆਂ ਜਿਹੀਆਂ ਬਣੀਆਂ ਹੁੰਦੀਆਂ, ਇੱਧਰਲੇ ਏਰੀਏ 'ਚ ਨਾ ਜਾਮਣਾਂ ਅਤੇ ਅੰਬ ਵਾਲੇ ਨੇ, ਅਤੇ ਉਹ ਛਤਰੀਆਂ ਜਿਹੀਆਂ ਬਣ ਜਾਂਦੇ, ਬਾਹਲਾ ਫੈਸੀਨੇਟ ਕਰਦੇ ਨੇ, ਹੈ ਨਾ, ਮੈਨੂੰ ਬਹੁਤ ਵਧੀਆ ਲੱਗਦੇ ਨੇ, ਕਿਹੜਾ ਮੇਰਾ ਜੀ ਕਰਦਾ ਇਹਨਾਂ ਇਕੱਲਿਆਂ ਦੀ ਫੋਟੋਗ੍ਰਾਫੀ ਕੀਤੀ ਜਾਵੇ, ਬਹੁਤ ਚਿਰ ਹੋ ਗਿਆ ਚੱਲਦੇ ਨੂੰ ਵੀ ਇਕੱਲੀ ਫੋਟੋਗ੍ਰਾਫੀ ਕਰਨੀ ਇਹਦੀ, ਰੁੱਖਾਂ ਦੀ, ਸਿਰਫ ਰੁੱਖ, ਰੁੱਖ ਅਤੇ ਰਿਸ਼ੀ, ਹੈ ਨਾ, ਉਹ ਵੀ ਲੈ ਕੇ ਆਊਂਗਾ ਮੈਂ, ਉਹਦਾ ਪ੍ਰੋਜੈਕਟ ਆ। ਤਾਂ ਇਹ ਹੈ ਜੀ ਪਿੰਡ ਦੁਰਾਲੀ, ਉਹ ਪਿੱਛੇ ਸੂਰਜ ਅਤੇ ਬਿਊਟੀਫੁਲ ਟਰੀਸ, ਰੁੱਖਾਂ ਵਾਲਾ ਪੰਜਾਬ। ਧੰਨਵਾਦ ਜੀ, ਅਤੇ
ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਊ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਲਈ ਸਿਨੇਮੈਟਿਕ ਪੰਜਾਬ ਦੀ ਬਿਊਟੀ ਲਈ ਵੀ ਵੀਡੀਓਜ਼ ਆਉਣਗੀਆਂ ਜੱਟ ਦਾ ਕਿਚਨ ਤਾਂ ਦੱਸ ਦਿੱਤਾ ਹੋਰ ਵੀ ਚਾਰ ਪੰਜ ਐਪੀਸੋਡਸ ਨੇ ਜਿਹੜੇ ਮੈਂ ਸ਼ੁਰੂ ਕਰਨੇ ਆ ਉਹ ਇਹਦੇ ਉੱਪਰ ਸ਼ੁਰੂ ਕਰਨੇ ਆ ਪੰਜਾਬ ਦੇ ਰਿਲੇਟਡ ਸੋ ਖੇਤੀਬਾੜਾ ਤਾਂ ਚੱਲਦਾ ਹੀ ਆ ਅਤੇ ਮਿਲਦੇ ਹਾਂ ਜੀ ਤੁਹਾਨੂੰ ਜੱਟ ਦੇ ਕਿਚਨ 'ਚ ਤਦ ਤੱਕ ਇਹ ਐਪੀਸੋਡ ਦੇਖੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਜੀ ਧੰਨਵਾਦ ਜੀ।